जी कौन साहब बोल रहे हो बे भाई? अच्छा मैं कमर बात बोलना पा दुबई तो। पाजियो कमर बस दुबई तो। हाँ जी हुक्म करो पाजी। तुम पता दसा भाई वो ना मतलब सियावर वालों की ओ मैं गया हाँ डेंकी ते उधरों ना जो मैं तुर्की गया तो वापस ही आया सा ना तो मैं फड़िया गया सा तो ना पिछा आंदे ना पैसे लेंदे सन हैरान तू अच्छा ते ओ मैनू आंदे सन भाई मेरे को नहीं सन है मेरे को घर दे हालात माड़े सन ना सारा पता सी जी ओ ना गल हुई तो ना मैंने आख्या भी चल यार जदों ना तेरे को ना तू मैनू दे दई भाई पैसे कोई गल नहीं तो ना जी मैनू वापस भेज दी फुर जाऊंगा छुड़वा के जी ਉਹ ਨਾ ਮੇਰੇ ਕੋਲ ਮੋਬਾਈਲ ਸੀ ਤੇ ਉਹਦੇ ਵਿੱਚ ਨੰਬਰ ਸੀ ਤੇ ਉਹ ਰਾਬਤਾ ਹੁੰਦਾ ਰਹਿੰਦਾ ਸੀ ਤੇ ਇੱਥੇ ਜਦੋਂ ਦੁਬਈ ਆਇਆ ਤਾਂ ਮੋਬਾਈਲ ਮੇਰਾ ਚੁੱਕਦਾ ਨੰਬਰ ਜਾਂਦਾ ਰਿਹਾ ਅੱਛਾ ਉਹ ਮੈਨੂੰ ਬੜੀ ਪਰੇਸ਼ਾਨੀ ਹੈ 5-6 ਦਿਨ ਹੋ ਗਏ ਨੇ ਸਾਥ ਬੜੀ ਪਰੇਸ਼ਾਨੀ ਬਣੀ ਸੀ ਮੈਂ ਕਿਹਾ ਨਾ ਭਾਰਾਂ ਦਾ ਚਲੋ ਨੰਬਰ ਹੈ ਤੇ ਇਹਨਾਂ ਨੂੰ ਕਰਨੇ ਆ ਭਾਰਾਂ ਨੂੰ ਚਲੋ ਬਹਿੰਦੇ ਖਲੋਂਦੇ ਨੇ ਜੀਆਂ ਤੇ ਨਾ ਗੱਲਬਾਤ ਸੁਣੀ ਦੀ ਹੈ ਤੁਹਾਡੀ ਤੇ ਇਹਨਾਂ ਨਾਲ ਕਿਹਦੇ ਕਰ ਪੈਸੇ ਤੁਸੀਂ ਦੇਣੇ ਨੇ? ਮੈਨੂੰ ਕੋਈ ਗੱਲ ਦੀ ਸਮਝ ਨਹੀਂ ਆਈ। ਚਲੋ ਉਹ ਤਾਂ ਤੁਹਾਨੂੰ ਦੱਸਿਆ ਵੀ ਕਾਹਦੇ ਦੇਣੇ ਨੇ, ਲੇਕਿਨ ਉਹ ਕੌਣ ਹੈ, ਕਿੱਥੋਂ ਦਾ ਹੈ, ਮੈਨੂੰ ਨਹੀਂ ਪਤਾ। ਉਹ ਮੈਂ ਤੁਹਾਨੂੰ ਦੱਸਣਾ ਨਾ ਭਾਜੀ ਉਹ ਸਿਆਲਕੋਟ ਦੇ ਨੇ ਹੈਂਡਲ ਪੂਰਾ ਪਿੰਡ ਹੈ ਹੈਂਡਲ ਪੂਰਾ ਅੱਛਾ ਮਤਲਬ ਸਿਆਵਲ ਦਾ ਨਾਮ ਹੈ ਉਹ ਸਜਾਵਲ। ਫੈਕਟਰੀ ਵੀ ਉਹਨਾਂ ਰੱਖੀ ਸਿਆਵਲ ਅੱਛਾ, ਤੇ ਉਹਦੇ ਤੁਸਾਂ ਆਪੀ ਉਹ ਰਾਨ ਰਹਿੰਦਾ ਕਿੰਨੇ ਪੈਸੇ ਤੁਸਾਂ ਦੇਣੇ ਨੇ ਉਹਨਾਂ ਦੇ? ਉਹ ਭਾਜੀ ਮੈਨੂੰ ਆਂਦੇ ਸੇ ਉਸ ਵੇ ਸ਼ੁਗਰ ਚ ਤਾਂ ਆਖੇ 40,000 ਰੁਪਿਆ ਦੇ ਹਨੀ ਤੇ ਫਿਰ ਉਹ ਜਿਹੜੇ ਮੇਰੇ ਨਾਲ ਮੁੰਡੇ ਆਏ ਸਨ ਉਹਨਾਂ ਕੋਲ ਉਹਨਾਂ 32,000 ਰੁਪਿਆ ਦਿਆ ਹਨ 32,000 अच्छा, तुसा उन्होंने 32,000 देना है, 40,000 देना है? ਉਹ ਭਾਜੀ ਜਿੰਨੇ ਹੁਣ ਆਖਣ ਦੇ ਉਹਨੇ ਦੇ ਦਿਆਂ ਦੇ ਉਹਨਾਂ ਦਾ ਨੰਬਰ ਲੱਭੇ ਨਾ ਤਾਂ ਉਹਨਾਂ ਨਾਲ ਫਿਰ ਬੰਦਾ ਗੱਲ ਕਰੇ ਵੀ ਭਾਜੀ ਕਿੰਨੇ ਮੈਂ ਤੁਹਾਨੂੰ ਪੈਸੇ ਦੇਣੇ ਨੇ ਹੁਣ ਚਲੋ ਮੈਂ ਕੰਮ ਸ਼ਾਮ ਲੱਗੇ ਆ ਤੇ ਬਈ ਆਪਣੀ ਕਵਰ ਤੋਂ ਭਾਰ ਲਾਉਣਾ ਚਾਹੀਦਾ ਤੁਹਾਡੇ ਕੋਲ ਉਹਨਾਂ ਦਾ ਨੰਬਰ ਕੌਣ ਨੇ? ਨਹੀਂ ਭਾਜੀ ਉਹ ਮੋਬਾਈਲ ਦੂਸਰੇ ਚ ਸੀ ਤੇ ਉਹ ਨੰਬਰ ਨਾ ਮੇਰੇ ਕੋਲ ਚੱਕਾ ਰਿਹਾ ਤੇ ਅਸਲ ਦੇ ਵਿੱਚ ਇੱਕ ਨਾਂ ਦੇ ਬੜੇ ਬੰਦੇ ਹੁੰਦੇ ਨੇ, ਮਤਲਬ ਮੇਰਾ ਨਾਂ ਵੈਸ ਹੈ ਤੇ ਆ ਵੈਸ ਨਾਂ ਦੇ ਪਤਾ ਨਹੀਂ ਸਿਆਲਕੋਟ 'ਚ ਕਿੰਨੇ ਏਕਰ ਬੰਦੇ ਹੋਣੇ ਨੇ। ਹੁਣ ਮਲਕ ਸਜਾਵਲ ਪਤਾ ਨਹੀਂ ਮਤਲਬ ਕਿੰਨੇ ਕੁ ਸਾਰਿਆਂ ਨੇ ਹੈਂਡਲਪੁਰਾ ਤੁਹਾਨੂੰ ਦੱਸਿਆ, ਤੇ ਹਾਂਜੀ ਬਾਕੀ ਇੰਨਿਆਂ ਸਾਲਾਂ ਬਾਅਦ ਅੱਜ ਤੁਹਾਨੂੰ ਕਿਵੇਂ ਯਾਦ ਆ ਗਿਆ ਉਹਨਾਂ ਦੇ ਪੈਸੇ ਦੇਣ ਦਾ ਜੀ? ਤੁਸਾਂ ਗੱਲ ਸੁਣਾਈ ਸੀ ਨਾ ਕੋਈ ਬੰਦਾ ਯੂਨਾਨ ਸੀ ਪਾਕਿਸਤਾਨੀ ਭਰਾ ਸੀ ਜੀ ਤੇ ਉਹਦੇ ਫਿਰ ਮੈਂ ਨੇਕੀ ਕੀਤੀ ਆਸਰਾ ਕੰਮ ਤੋਂ ਆਇਆ ਤੇ ਉਹਨਾਂ ਆਪਣੇ ਰੂਮ 'ਚ ਖੜਿਆ ਤੇ ਜੀ ਫਿਰ ਜਾਣ ਲੱਗਿਆ ਮੈਨੂੰ ਪਾਸਾ ਲਾ ਗਿਆ ਜੀ ਤੇ ਫਿਰ ਜਦੋਂ ਉਹਦੀ ਗੱਲ ਹੋਈ ਪਹੁੰਚਿਆ ਜੀ ਆਪਣੇ ਆ ਵੀ ਪਹੁੰਚਿਆ ਅੱਗੇ ਤੇ ਫਿਰ ਗੱਲ ਹੋਈ ਤਾਂ ਬੜਾ ਹੜਾਇਆ ਬਈ ਭਰਾ ਨੇ ਕਿਹੜੀ ਨੇਕੀ ਕੀਤੀ ਸੀ ਤੇ ਮੈਂ ਉਹਨੂੰ ਕਿਹੜਾ ਜਵਾਬ ਦਿੱਤਾ ਸੀ ਹਾਂ, ਮਤਲਬ ਉਹ ਗੱਲ ਸੁਣ ਕੇ ਤੁਹਾਡੇ ਜ਼ਿਹਨ 'ਚ ਖਿਆਲ ਆਇਆ ਕਿ ਮੈਨੂੰ ਵੀ ਦੇਣੇ ਚਾਹੀਦੇ ਨੇ? ਨਹੀਂ ਨਹੀਂ ਮੈਂ ਆਖਿਆ ਵੀ ਮੈਨੂੰ ਪੈਸੇ ਉਹਨਾਂ ਦੇਣੇ ਨੇ ਪਰ ਨੰਬਰ ਭਾਵੇਂ ਜਾਂਦਾ ਹੀ ਰਿਹਾ ਪੈਸੇ ਤੋਂ ਨਾ ਦੇਣੇ ਨੇ ਦੁਬਾਰਾ ਲੈਣਾ ਨਾਲ ਗੱਲ ਕਰਦੇ ਆ ਸਿਆਲਕੋਟ ਤੇ ਮਸ਼ਹੂਰ ਨੇ ਤੇ ਚਲੋ ਬੰਦਿਆਂ ਦੇ ਕੰਮ ਆਉਂਦਾ